ਸਤਿਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਰੀਅਨ ਕਿਚਨ ਦੇ ਵਿੱਚ। ਅੱਜ ਆਪਾਂ ਤੁਹਾਨੂੰ ਗਾਜਰਾਂ ਦਾ ਖੱਟਾ ਮਿੱਠਾ ਅਚਾਰ ਬਣਾ ਕੇ ਦਿਖਾਵਾਂਗੇ। ਵੀਡੀਓ ਦੇਖਦੇ ਹੁੰਦੇ ਤਾਂ ਲਾਈਕ ਸ਼ੇਅਰ ਕਰ ਦਈਓ, ਚੈਨਲ ਨੂੰ ਸਬਸਕ੍ਰਾਈਬ ਕਰ ਦਈਓ। ਆ ਜਾਓ ਫਿਰ ਆਪਾਂ ਬਣਾਉਣਾ ਸ਼ੁਰੂ ਕਰੀਏ। ਅੱਧਾ ਕਿਲੋ ਆਪਾਂ ਇਹ ਗਾਜਰਾਂ ਲਈਆਂ, 500 ਗ੍ਰਾਮ। ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਐਨ ਉੱਤੋਂ ਸਕੇਨੇ ਦੀ ਲਾ ਕੇ ਚੰਗੀ ਤਰ੍ਹਾਂ ਧੋ ਕੇ ਇਹਦਾ ਤੌਲੀਏ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਐਨ ਡਰਾਈ ਕਰ ਦੇਣਾ, ਹੈ ਨਾ। 500 ਗ੍ਰਾਮ ਆਪਣੀਆਂ ਗਾਜਰਾਂ ਆ, ਅਤੇ ਡਰਾਈ ਇਨਗਰੀਡੀਅੰਟਸ ਜਿਹੜੇ ਇਹਦੇ ਵਿੱਚ, ਜਿਹੜੇ ਡਰਾਈ ਇਨਗਰੀਡੀਅੰਟਸ ਆ, ਇੱਕ ਵੱਡਾ ਚਮਚਾ ਮੈਂ ਸੌਂਫ ਦਾ ਲਿਆ ਆ, ਇੱਕ ਵੱਡਾ ਚਮਚਾ ਰਾਈ ਆ, ਮਸਟਰਡ ਸੀਡ, ਹੈ ਨਾ, ਅਜਵੈਣ, ਜੀਰਾ, ਦੋ ਵੱਡੀਆਂ ਹਰੀਆਂ ਇਲਾਚੀਆਂ ਆ, ਇੱਕ ਕਾਲੀ ਇਲਾਚੀ, ਹੈ ਨਾ, 5-7 ਲੌਂਗ ਆ, ਥੋੜ੍ਹਾ ਇੱਕ ਵੱਡਾ ਚਮਚਾ ਹੈਗਾ ਆ ਮੇਥਿਆਂ ਦਾ, ਸੁੱਕੇ ਮੇਥੇ। ਅਤੇ ਇੱਕ ਕੱਪ ਆਪਾਂ ਲਿਆ ਆ ਸਰ੍ਹੋਂ ਦਾ ਤੇਲ। ਸਰ੍ਹੋਂ ਦੇ ਤੇਲ 'ਚ ਜਿਹੜਾ ਅਚਾਰ ਆ ਬਹੁਤ ਨਾਈਸ ਬਣਦਾ ਹੈ, ਹੈ ਨਾ। ਇੱਕ ਵੱਡਾ ਚਮਚਾ ਮੈਂ ਗੁੜ ਲਿਆ ਆ, ਇਹਨੂੰ ਮੈਂ ਬਰੀਕ ਬਰੀਕ ਕੱਟ ਲਿਆ। ਇਹਦੇ 'ਚ ਆਪਾਂ ਹਜੇ ਵਿਨੀਗਰ ਪਾਉਣਾ ਹੈ ਇੱਕ ਵੱਡਾ ਚਮਚਾ, ਹੈ ਨਾ। ਪਾ ਲਈਆਂ ਆਪਾਂ ਲਾਲ ਮਿਰਚਾਂ ਆਪਣੇ ਹਿਸਾਬ ਦੇ ਨਾਲ ਮੈਂ ਲੈ ਲਈ, ਹੈ ਨਾ। ਅੱਧਾ ਚਮਚਾ ਮੈਂ ਹਲਦੀ ਦਾ ਲਿਆ ਆ, ਅੰਬਚੂਰ ਲਿਆ ਆ, ਖੱਟਾ ਕਰਨ ਲਈ, ਮਿੱਠਾ ਕਰਨ ਲਈ ਆਪਾਂ ਲਿਆ ਆ ਗੁੜ, ਲੂਣ, ਅਤੇ ਥੋੜ੍ਹਾ ਜਿਹਾ ਅਦਰਕ ਜਿਹੜਾ ਆਪਾਂ ਇੱਦਾਂ ਲੰਬਾ ਲੰਬਾ ਕੱਟ ਲਿਆ ਇਹ, ਇਹਨੂੰ ਵੀ ਧੋ ਕੇ ਚੰਗੀ ਤਰ੍ਹਾਂ ਡਰਾਈ ਕਰ ਲਿਆ ਆ। ਥੋੜ੍ਹਾ ਜਿਹਾ ਮੈਂ ਲਿਆ ਆ ਲਸਣ, ਲਸਣ ਨੂੰ ਵੀ ਇੱਦਾਂ ਲੰਬਾ ਲੰਬਾ ਕੱਟ ਲਿਆ ਆ, ਹੈ ਨਾ। ਦਾਲਚੀਨੀ ਜੇ ਸਟਿੱਕ ਹੈਗੀ ਆ ਤੁਸੀਂ ਸਟਿੱਕ ਵਾਲੀ ਪਾ ਸਕਦੇ ਆ, ਜੇ ਪਾਊਡਰ ਹੈਗਾ ਤਾਂ ਦਾਲਚੀਨੀ ਦਾ ਪਾਊਡਰ ਵੀ ਪਾ ਸਕਦੇ ਆ ਤੁਸੀਂ। ਗੁੜ ਦੇ ਵਿੱਚ ਜਿਹੜਾ ਵਾਈਟ ਵਿਨੀਗਰ ਆ ਇਹ ਪਾਵਾਂਗੇ ਆਪਾਂ, 2 ਵੱਡੇ ਟੇਬਲ ਸਪੂਨ ਪਾਵਾਂਗੇ ਆਪਾਂ, ਨਾਲੇ ਆਪਣਾ ਗੁੜ ਮੈਲਟ ਹੋ ਜੂਗਾ, ਨਾਲੇ ਆਪਾਂ ਵਿਨੀਗਰ ਇਹਦੇ 'ਚ ਪਾ ਲਵਾਂਗੇ, ਠੀਕ ਹੈ। 2 ਚਮਚੇ 'ਚ ਪਾ ਕੇ ਗੁੜ ਨੂੰ ਭਿੰਨ ਦੇਣਾ ਚੰਗੀ ਤਰ੍ਹਾਂ, ਅਤੇ ਪਹਿਲਾਂ ਆਪਾਂ ਜਿਹੜੇ ਸੁੱਕੇ ਇਨਗਰੀਡੀਅੰਟਸ ਆ ਉਹਨਾਂ ਨੂੰ ਆਪਾਂ ਰੋਸਟ ਕਰਕੇ ਉਹਨਾਂ ਨੂੰ ਪੀਣਾ ਆ। ਗੈਸ ਕਰ ਦਿੱਤਾ ਔਨ, ਅਤੇ ਜਿਹੜੇ ਸੁੱਕੇ ਇਨਗਰੀਡੀਅੰਟਸ ਲਏ ਆਪਾਂ ਸਾਰੇ ਇਹਦੇ 'ਚ ਪਾ ਦੇਣੇ ਆ, ਇਹਨਾਂ ਨੂੰ ਮੀਡੀਅਮ ਲੋ 'ਤੇ ਹੀਟ 'ਤੇ ਰੋਸਟ ਕਰਨਾ ਆ। ਆਪਣਾ ਮਸਾਲਾ ਜਿਹੜਾ ਆ ਰੋਸਟ ਹੋ ਗਿਆ, ਕਲਰ ਚੇਂਜ ਹੋ ਗਿਆ, ਇਹਨੂੰ ਆਪਾਂ ਇਹਦੀ ਪਲੇਟ 'ਚ ਕੱਢ ਲੈਣਾ। ਹੁਣ ਆਪਾਂ ਕੜਾਹੀ 'ਚ ਪਾਈਏ ਤੇਲ, ਮਸਾਲਾ ਜਿਹੜਾ ਠੰਡਾ ਹੋ ਕੇ ਫੇਰ ਪੀਸਣਾ ਆ। ਤੇਲ ਨੂੰ ਜਿਹੜਾ ਆ ਇੰਨਾ ਗਰਮ ਕਰਨਾ ਹੈ ਕਿ ਇਹਦੇ 'ਚੋਂ ਐਨ ਜਿੱਦਾਂ ਸਮੋਕ ਹੋਣ ਲੱਗ ਪਵੇ, ਚੰਗੀ ਤਰ੍ਹਾਂ ਐਨ ਗਰਮ ਕਰਨਾ ਹੈ ਤੇਲ ਨੂੰ। ਦੇਖੋ ਤੇਲ ਦੇ ਵਿੱਚ ਐਨ ਧੂੰਆਂ ਨਿਕਲਣ ਲੱਗ ਪਿਆ ਨਾ, ਹੁਣ ਇਹਦਾ ਗੈਸ ਆਪਾਂ ਥੋੜ੍ਹਾ ਜਿਹਾ ਘੱਟ ਕਰ ਦੇਣਾ, ਤੇਲ ਥੋੜ੍ਹਾ ਜਿਹਾ ਠੰਡਾ ਹੋ ਜਾਵੇ ਫਿਰ ਆਪਾਂ ਇਹ 'ਚ ਮਸਾਲੇ ਪਾਉਣੇ, ਕਰਕੇ ਤੇਲ ਇਹ ਜੇ ਕੱਚਾ ਰਹਿਣ ਦੇਈਏ ਤਾਂ ਫਿਰ ਇਹਦਾ ਜਿੱਦਾਂ ਸਰ੍ਹੋਂ ਦੇ ਤੇਲ ਦੀ ਵਿੱਚੋਂ ਸਮੈਲ ਆਉਂਦੀ ਰਹਿੰਦੀ ਹੋਰੀ ਤਰ੍ਹਾਂ ਦੀ, ਹੈ ਨਾ। ਥੋੜ੍ਹਾ ਜਿਹਾ ਹੋਇਆ ਤੇਲ ਠੰਡਾ, ਹੁਣ ਆਪਾਂ ਇਹ 'ਚ ਪਾਈਏ ਪਹਿਲਾਂ ਲਸਣ ਅਦਰਕ। ਦੇਖੋ ਕਿੱਦਾਂ ਹੁੰਦਾ ਨਾ, ਤਾਂ ਨੂੰ ਫੁੱਟਦਾ ਹੈ, ਨਾਲ ਹੀ ਆਪਾਂ ਅਦਰਕ ਪਾ ਦੇਣਾ ਇਹਦੇ। 2 ਮਿੰਟ ਇਹਨੂੰ ਬਸ ਭੁੰਨਣਾ ਆ, ਫਿਰ ਆਪਾਂ ਇਹਦੇ 'ਚ ਪਾ ਦੇਣੀਆਂ ਆ ਗਾਜਰਾਂ। 2 ਮਿੰਟ ਹੋ ਗਿਆ ਭੁੱਜਦੇ ਨੂੰ, ਹੁਣ ਆਪਾਂ ਇਹਦੇ 'ਚ ਪਾ ਦੇਣੀਆਂ ਗਾਜਰਾਂ। ਗਾਜਰਾਂ ਗਿੱਲੀਆਂ ਨਹੀਂ ਹੋਣੀਆਂ ਚਾਹੀਦੀਆਂ ਤੁਹਾਡੀਆਂ, ਐਨ ਡਰਾਈ ਹੋਣੀਆਂ ਚਾਹੀਦੀਆਂ ਆ। ਹੁਣ ਗੈਸ ਜਿਹੜਾ ਆ ਥੋੜ੍ਹਾ ਜਿਹਾ ਜ਼ਿਆਦਾ ਕਰ ਲੈਣਾ ਹੈ। ਹੁਣ ਇਹਨੂੰ ਆਪਾਂ 2 ਮਿੰਟ ਇਹਨਾਂ ਨੂੰ ਇਹਦੇ 'ਚ ਚੰਗੀ ਤਰ੍ਹਾਂ ਸੌਤੇ ਕਹਿ ਲਓ ਕਰ ਲੈਣਾ, ਹੈ ਨਾ। ਨਾਈਸ ਐਨ ਇੰਡੀਆ ਵਾਲੀਆਂ ਗਾਜਰਾਂ ਲਾਲ ਲਾਲ ਹੁੰਦੀਆਂ ਆ, ਆਪਣੇ ਵਾਲੀਆਂ ਔਰੇਂਜ ਆ। ਇੰਡੀਆ ਵਾਲਾ ਅਚਾਰ ਵੀ ਬਹੁਤ ਸੋਹਣਾ ਬਣਨਾ, ਫਿਰ ਤੁਸੀਂ ਵੀ ਦੇਖਿਓ ਬਣਾ ਕੇ। ਵੀਡੀਓ ਦੇਖਦੇ ਹੁੰਦੇ ਤਾਂ ਲਾਈਕ ਸ਼ੇਅਰ ਕਰ ਦਈਓ, ਚੈਨਲ ਨੂੰ ਸਬਸਕ੍ਰਾਈਬ ਕਰ ਦਈਓ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ। ਜੇ ਤੁਸੀਂ ਆਪ ਕੀਤਾ ਫਿਰ ਤੁਸੀਂ ਗਾਂਹ ਵੀ ਸ਼ੇਅਰ ਕਰ ਸਕਦੇ ਹੋ। 2 ਮਿੰਟ ਹੋ ਗਏ ਆਪਣੀਆਂ ਗਾਜਰਾਂ ਨੂੰ ਹੁੰਦੀਆਂ ਨੂੰ, ਹੁਣ ਆਪਾਂ ਇਹ 'ਚ ਪਾਵਾਂਗੇ ਜਿਹੜੇ ਆਪਣੇ ਡਰਾਈ ਇਨਗਰੀਡੀਅੰਟਸ ਆ ਸਾਰੇ, ਲੂਣ, ਮਿਰਚ, ਹਲਦੀ ਅਤੇ ਅੰਬਚੂਰ। ਅੰਬਚੂਰ ਆਪਾਂ ਖਟਾਸ ਲਈ ਪਾਇਆ ਆ, ਅਤੇ ਗੁੜ ਪਾਉਣਾ ਹੈ ਆਪਾਂ ਮਿਠਾਸ ਲਈ, ਖੱਟਾ ਮਿੱਠਾ ਅਚਾਰ ਬਣਾਵਾਂਗੇ ਆਪਾਂ। ਗੁੜ ਵੀ ਆਪਾਂ ਨਾਲੇ ਪਾ ਦੇਣਾ, ਮੈਲਟ ਹੋ ਜੂਗਾ ਵਿਨੀਗਰ, ਗੁੜ ਜਿਹੜਾ ਭਿੰਨਤਾ ਸੀ। 2 ਮਿੰਟ ਹੁਣ ਇਹਨੂੰ ਫਿਰ ਆਪਾਂ ਕਰਾਂਗੇ। ਦਾਲਚੀਨੀ ਵੀ ਆਪਾਂ ਪਾਊਡਰ ਪਾ ਦਈਏ, 1/2 ਟੀਸਪੂਨ ਪਾਇਆ। ਜੇ ਤੁਸੀਂ ਸਟਿੱਕ ਪਾਉਣੀ ਚਾਹੁੰਦੇ ਹਾਂ ਤਾਂ ਉਹ ਵੀ ਪਾ ਸਕਦੇ ਹਾਂ। ਜਿਹੜੇ ਮਸਾਲੇ ਆਪਾਂ ਭੁੰਨ ਕੇ ਰੱਖੇ ਆ ਹੁਣ ਆਪਾਂ ਉਹ ਵੀ ਇਹਦੇ 'ਚ ਐਡ ਕਰ ਦੇਣੇ। ਉਹਨਾਂ ਨੂੰ ਮੈਂ ਪੀਹ ਕੇ ਇੱਦਾਂ ਉਹਨਾਂ ਦਾ ਫਾਈਨ ਪਾਊਡਰ ਬਣਾ ਲਿਆ, ਇਹ ਆਪਾਂ ਸਾਰਾ ਇਹਦੇ 'ਚ ਪਾ ਦੇਣਾ। 3-4 ਚਮਚੇ ਹੈਗੇ ਆ ਵੱਡੇ, ਇਹਨਾਂ ਨੂੰ ਵੀ ਹੁਣ ਆਪਾਂ ਮਿਕਸ ਕਰ ਦੇਣਾ ਹੈ। ਗੋਭੀ ਗਾਜਰਾਂ ਵਾਲਾ ਆਪਣਾ ਅਚਾਰ ਖੱਟਾ ਮਿੱਠਾ ਬਣ ਗਿਆ। ਜੇ ਤੁਸੀਂ ਹਰੀ ਮਿਰਚ ਪਾਉਣੀ ਚਾਹੁੰਦੇ ਹਾਂ ਤਾਂ ਪਾ ਸਕਦੇ ਹਾਂ, ਜੇ ਲਾਈਕ ਕਰਦੇ ਹਾਂ ਤਾਂ। ਹੁਣ ਇਹਨੂੰ 2-3 ਮਿੰਟ ਬਸ ਇਹਦੇ 'ਚ ਆਪਾਂ ਚੰਗੀ ਤਰ੍ਹਾਂ ਝੱਸ ਲਿਆ ਆ। ਨਾਈਸ ਐਨ ਹਾਫ ਕੁੱਕ ਕਰਨੀਆਂ ਆ ਗਾਜਰਾਂ, ਪੂਰੀਆਂ ਕੁੱਕ ਨਹੀਂ ਕਰਨੀਆਂ ਹੈਗੀਆਂ, ਹੈ ਨਾ, ਹਜੇ ਟੁੱਟਤੀ ਨਹੀਂ ਨਾ ਹੈਗੀ, ਹਾਫ ਕੁੱਕ ਕਰਨੀ ਆ ਇਹਨੂੰ। ਹੁਣ ਆਪਾਂ 2-4 ਮਿੰਟ ਕਰਕੇ ਗੈਸ ਕਰ ਦੇਣਾ ਬੰਦ, ਅਤੇ ਇਹਨੂੰ ਫਿਰ ਇਹਦੇ 'ਚ ਐਨ ਜਦੋਂ ਠੰਡਾ ਹੋ ਗਿਆ ਫਿਰ ਤੁਹਾਨੂੰ ਪਲੇਟਿੰਗ ਕਰਕੇ ਦਿਖਾਉਂਦੇ ਹਾਂ। 2 ਮਿੰਟ ਇਹਨੂੰ ਹੋ ਗਏ ਆ, ਗੈਸ ਮੈਂ ਇਹਦਾ ਕਰ ਦਿੱਤਾ ਬੰਦ, ਅਤੇ ਹੁਣ ਇਹਨੂੰ ਐਨ ਠੰਡਾ ਹੋਣ ਦਿੰਦੇ ਹਾਂ ਫਿਰ ਤੁਹਾਨੂੰ ਸਰਵ ਕਰਕੇ ਦਿਖਾਉਂਦੇ ਹਾਂ। ਅਚਾਰ ਆਪਣਾ ਹੋ ਗਿਆ ਠੰਡਾ, ਅਤੇ ਹੁਣ ਮੈਂ ਇਹਨੂੰ ਕੱਢ ਲਿਆ ਬੋਲ ਦੇ ਵਿੱਚ,
ਵੀਡੀਓ ਦੇਖਦੇ ਹੁੰਦੇ ਤਾਂ ਲਾਈਕ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੁਸੀਂ ਇਹਦੇ 'ਚ ਗੋਭੀ ਵੀ ਐਡ ਕਰਨਾ ਚਾਹੁੰਦੇ ਤਾਂ ਗੋਭੀ, ਸ਼ਲਗਮ, ਮੂਲੀ ਜੋ ਮਰਜ਼ੀ ਐਡ ਕਰ ਸਕਦੇ, ਹੈ ਨਾ। ਪਰ ਮੈਂ ਇਕੱਲੀ ਗਾਜਰਾਂ ਦਾ ਬਣਾਇਆ ਆ। ਇਕੱਲਾ ਰੋਟੀ ਤੋਂ ਬਿਨਾਂ ਵੀ ਖਾ ਕੇ ਦੇਖਿਓ ਤੁਸੀਂ ਇੱਦਾਂ ਸਬਜ਼ੀ ਵਾਂਗੂ ਰੋਟੀ ਨਾਲ, ਹੈ ਨਾ, ਬਹੁਤ ਨਾਈਸ ਲੱਗਦਾ। ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਦਾ।